ਪੰਜਾਬ ਸਰਕਾਰ ਦੇ ਵਾਰ ਵਾਰ ਅਪੀਲਾਂ ਕਰਨ ਦੇ ਬਾਅਦ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ, ਜਿਸ ਦੇ ਬਾਅਦ ਹੁਣ ਸਰਕਾਰ ਵੱਲੋਂ ਪਰਾਲੀ ਸਾੜਨ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਿਸਾਨਾਂ ਦੇ ਖਿਲਾਫ਼ ਸਖ਼ਤ ਰੁੱਖ ਅਪਣਾਉਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। SDM ਰੂਪਨਗਰ ਦੀ ਚੈਕਿੰਗ ਟੀਮ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਚੈਕਿੰਗ ਕਰਦੇ ਹੋਏ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਣ ਅਤੇ ਪੁਲਿਸ ਕਾਰਵਾਈ ਆਰੰਭੀ ਗਈ ਹੈ। ਸਾਨੂੰ ਜੀ ਸਰਕਾਰ ਵੱਲੋਂ ਬੜੀਆਂ ਸਪਸ਼ਟ ਹਦਾਇਤਾਂ ਆਈਆਂ ਨੇ ਕਿ ਕੀ ਕਾਰਵਾਈ ਕਰਨੀ ਹੈ ਜਦੋਂ ਕੋਈ ਵੀ ਪਰਾਲੀ ਸਾੜਨ ਦਾ ਕੇਸ ਸਾਡੇ ਧਿਆਨ ਵਿੱਚ ਆਉਂਦਾ ਹੈਗਾ। ਉਹਦੇ ਤਹਿਤ ਹੀ ਚਲਾਨ ਕੀਤੇ ਜਾ ਰਹੇ ਨੇ, ਜਿਹਦੀਆਂ ਕਿ ਤਿੰਨ ਕੈਟੇਗਰੀਜ਼ ਹੈਗੀਆਂ ਨੇ, 2500, 5000 ਅਤੇ 15000। ਉਸ ਤੋਂ ਇਲਾਵਾ ਲਾਲ ਸੁਰਖੀ ਇੰਦਰਾਜ਼ ਵੀ ਕੀਤਾ ਜਾ ਰਿਹਾ ਹੈਗਾ, ਉਹਦੀ ਫਰਦ ਦੇ ਵਿੱਚ ਜਮ੍ਹਾਂਬੰਦੀ ਦੇ ਵਿੱਚ ਐਂਟਰੀ ਕੀਤੀ ਜਾ ਰਹੀ ਹੈ ਰੈੱਡ ਇੰਕ ਦੇ ਨਾਲ, ਅਤੇ ਉਸ ਤੋਂ ਇਲਾਵਾ ਪਰਚਾ ਕਰਨ ਦੀ ਕਾਰਵਾਈ ਵੀ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ। ਮੈਨੂੰ ਜਿਹੜੀ ਲਾਲ ਕਾਰਵਾਈ ਕੀਤੀ ਹੈ ਉਹਦਾ ਕੀ ਨੁਕਸਾਨ ਹੈ ਜਿਹੜਾ ਕਿਸਾਨ ਨੂੰ? ਉਹਦੀ ਜੀ ਐਂਟਰੀ ਜਦੋਂ ਰਿਫਲੈਕਟ ਹੁੰਦੀ ਹੈ ਉੱਥੇ, ਤਾਂ ਉਹਨੂੰ ਜ਼ਮੀਨ ਖਰੀਦਣ ਵੇਚਣ ਦੇ ਵਿੱਚ, ਲੋਨ ਲੈਣ ਦੇ ਵਿੱਚ, ਹੋਰ ਤਰ੍ਹਾਂ ਦੀਆਂ ਦਿੱਕਤਾਂ ਕਿਸਾਨ ਨੂੰ ਆ ਸਕਦੀਆਂ। ਆਪਣੇ ਜੀ 7 ਚਲਾਨ ਅਤੇ 7 ਰੈੱਡ ਐਂਟਰੀਜ਼ ਆਪਾਂ ਕਰ ਚੁੱਕੇ ਹਾਂ, ਅਤੇ ਅੱਜ ਅਸੀਂ ਟੂਰਿੰਗ ਕਰ ਰਹੇ ਸੀ ਤਾਂ ਇੱਥੇ ਮੌਕੇ 'ਤੇ 3-4 ਇੰਸਟਾਂਸਿਸ ਸਾਡੇ ਸਾਹਮਣੇ ਆਏ ਨੇ, ਜਿਹੜੇ ਕਿ ਤੁਸੀਂ ਵੀ ਜਿਵੇਂ ਦੇਖ ਰਹੇ ਹੋ, ਅਤੇ ਇਹਨਾਂ 'ਤੇ ਵੀ ਅਸੀਂ ਕਾਰਵਾਈ ਵਾਸਤੇ ਹਦਾਇਤਾਂ ਥੱਲੇ ਸਟਾਫ ਨੂੰ ਦੇ ਦਿੱਤੀਆਂ ਨੇ ਜੀ। ਜੁਰਮਾਨੇ ਜੀ ਜਿਹੜਾ 2.5 ਏਕੜ ਤੋਂ ਘੱਟ, ਜਿਵੇਂ ਸਰਕਾਰ ਦੀਆਂ ਹਦਾਇਤਾਂ ਚਲਾਨ ਦੇ ਵਿੱਚ ਹੀ ਲਿਖਿਆ ਹੋਇਆ ਹੈਗਾ ਕਿ 2.5 ਏਕੜ ਤੋਂ ਘੱਟ ਜਿਹੜਾ ਹੈ ਉਹ ਅਸੀਂ 2500 ਰੁਪਿਆ, ਉਸ ਤੋਂ ਉੱਤੇ 5000 ਅਤੇ 1 15000, ਤਿੰਨ ਤਰ੍ਹਾਂ ਦੇ ਪ੍ਰਤੀ ਵਾਕਾ ਦੇ ਹਿਸਾਬ ਨਾਲ ਤਿੰਨ ਤਰ੍ਹਾਂ ਦੀਆਂ ਚਲਾਨਾਂ ਦੀਆਂ ਕੈਟੇਗਰੀਜ਼ ਹੈਗੀਆਂ ਨੇ ਜੀ। ਕੀ ਅਪੀਲ ਕਰਦੇ ਕਿਸਾਨਾਂ ਨੂੰ? ਮੇਰੀ ਜੀ ਪੁਰਜ਼ੋਰ ਅਪੀਲ ਇਹੀ ਕਿਸਾਨਾਂ ਨੂੰ ਹੈਗੀ ਹੈ ਕਿ ਪਲੀਜ਼ ਆਪਣੀ ਜਿਹੜੀ ਅਸੀਂ ਇਨਵਾਇਰਮੈਂਟ ਅਸੀਂ ਦੇਖ ਰਹੇ ਹਾਂ ਕਿ ਪਿੱਛੇ ਜੇ ਏਅਰ ਪੋਲਿਊਸ਼ਨ ਕਿੰਨਾ ਜ਼ਿਆਦਾ ਹੋ ਚੁੱਕਿਆ ਹੈ, ਸਾਹ ਲੈਣ 'ਚ ਬਜ਼ੁਰਗਾਂ ਨੂੰ, ਬੱਚਿਆਂ ਨੂੰ ਕਿੰਨੀ ਦਿੱਕਤ ਆ ਰਹੀ ਹੈਗੀ ਹੈ, ਤਾਂ ਮੇਰੀ ਇਹੀ ਪੁਰਜ਼ੋਰ ਅਪੀਲ ਹੈਗੀ ਹੈ ਕਿ ਪਲੀਜ਼ ਪਰਾਲੀ ਨੂੰ ਨਾ ਸਾੜੋ, ਪਰਾਲੀ ਨੂੰ ਅੱਗ ਨਾ ਲਾਓ, ਸਾਇੰਟਿਫਿਕ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਨੁਕਸਾਨ ਹੋਣ ਤੋਂ ਬਚਾ ਸਕੀਏ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। इस चैनल पर चल रहे मुद्दों पर अपने विचार देने के लिए कमेंट करें और अपडेट रहने के लिए चैनल को लाइक एंड सब्सक्राइब करें, और हाँ, बेल आइकन दबाना ना भूलें।